ਫਾਜ਼ਿਲਕਾ ਦੇ ਵਿੱਚ ਮਹਿਲਾਵਾਂ ਦੇ ਕੰਨਾਂ ਦੇ ਵਿੱਚੋਂ ਸੋਨੇ ਦੀਆਂ ਬਾਲੀਆਂ ਖੋਹਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਵੱਲੋਂ ਕੀਤਾ ਗਿਆ ਕਾਬੂ। ਥਾਣਾ ਸਿਟੀ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਐਸਐਚਓ ਚੰਦਰ ਸ਼ੇਖਰ ਨੇ ਦਿੱਤੀ ਜਾਣਕਾਰੀ। ਫਾਜ਼ਿਲਕਾ ਦੇ ਵਿੱਚ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਸੀ, ਜਿਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਅਤੇ ਸੀਆਈਏ ਸਟਾਫ ਵੱਲੋਂ ਮਿਲ ਕੇ ਕਾਰਵਾਈ ਕੀਤੀ ਗਈ ਹੈ ਅਤੇ ਇਸ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੇ ਕੋਲੋਂ ਮਹਿਲਾਵਾਂ ਦੇ ਕੰਨਾਂ ਦੇ ਵਿੱਚੋਂ ਚਪਟੀਆਂ ਗਈਆਂ ਵਾਲੀਆਂ ਵੀ ਬਰਾਮਦ ਕੀਤੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸਐਚਓ ਚੰਦਰ ਸ਼ੇਖਰ ਨੇ ਦੱਸਿਆ ਕਿ ਫਾਜ਼ਿਲਕਾ ਦੀ ਐਸਐਸਪੀ ਮੈਡਮ ਅਵਨੀਤ ਕੌਰ ਸਿੱਧੂ ਦੇ ਦਿਸ਼ਾ ਨਿਰਦੇਸ਼ ਤੇ ਅਸਮਾਜਿਕ ਤੱਤਵਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸੇ ਮੁਹਿੰਮ ਦੇ ਤਹਿਤ ਸੀਆਈਏ ਸਟਾਫ ਦੀ ਮਦਦ ਦੇ ਨਾਲ ਮਹਿਲਾਵਾਂ ਦੇ ਕੰਨਾਂ ਦੇ ਵਿੱਚੋਂ ਸੋਨੇ ਦੀਆਂ ਵਾਲੀਆਂ ਚਪਟਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਵੱਲੋਂ ਮੰਨਿਆ ਗਿਆ ਕਿ ਉਹਨਾਂ ਵੱਲੋਂ 5 ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਆਰੋਪੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਅਤੇ ਇਹਨਾਂ ਦਾ ਰਿਮਾਂਡ ਵੀ ਹਾਸਲ ਕੀਤਾ ਜਾਏਗਾ ਅਤੇ ਹੋਰ ਵੀ ਘਟਨਾਵਾਂ ਟਰੇਸ ਕੀਤੀਆਂ ਜਾਣਗੀਆਂ। ਜੀ ਹਾਂ ਜੀ, ਪੰਜਾਬ ਸਰਕਾਰ ਵੱਲੋਂ ਮਾੜੇ ਅੰਸਰਾਂ ਅਤੇ ਚੋਰੀ ਲੁੱਟਾ ਖੋਹਾਂ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸ਼੍ਰੀ ਰਣਜੀਤ ਸਿੰਘ IPS DIG ਫਿਰੋਜ਼ਪੁਰ ਰੇਂਜ, ਮੈਡਮ ਅਵਨੀਤ ਕੌਰ ਸਿੱਧੂ, ਪੰਜੋਗ SSP ਫਾਜ਼ਿਲਕਾ, ਸ਼੍ਰੀ ਮੋਹਨ ਲਾਲ ਜੀ SPH ਫਾਜ਼ਿਲਕਾ, ਸ਼੍ਰੀ ਸ਼ਬੇਗ ਸਿੰਘ ਉਪ ਕਪਤਾਨ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ, ਜਿਹੜੀ ਕਿ ਪਿਛਲੇ ਵੀਕ ਦੇ ਵਿੱਚ ਦੋ ਵਾਰਦਾਤਾਂ ਜਿਹੜੀਆਂ ਕਿ ਕੰਨ ਤੋਂ ਵਾਲੀਆਂ ਖੋਹ ਕੇ ਲੈ ਗਏ ਸੀਗੇ ਸ਼ਹਿਰ ਦੇ ਵਿੱਚ, ਜਿਸ ਕਾਰਨ ਬੜਾ ਹੀ ਜਿਹੜਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ, ਜਿਹੜਾ ਇਸ ਮੁਕੱਦਮਿਆਂ ਨੂੰ ਟਰੇਸ ਕਰਨ ਦੇ ਵਿੱਚ ਸਾਡੀ CIA ਫਾਜ਼ਿਲਕਾ ਪੁਲਿਸ ਜਿਹੜੀ ਉਸਦੀ ਟੀਮ ਨੇ ਅਤੇ ਥਾਣਾ ਸਿਟੀ ਪੁਲਿਸ ਦੀ ਟੀਮ ਨੇ ਬੜੀ ਹੀ ਜਿਹੜਾ ਤਨਦੇਹੀ ਦੇ ਨਾਲ ਮਿਹਨਤ ਕਰਦੇ ਹੋਏ ਇਹਨਾਂ ਸਨੈਚਰਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਆ। ਜੋ ਦੋ ਵਿਅਕਤੀ ਦੋਸ਼ੀ ਗੁਰਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਭੰਬਾ ਵੱਟੂ ਅਤੇ ਅਰਜਨ ਕੁਮਾਰ ਪੁੱਤਰ ਮੇਹਰ ਸਿੰਘ ਜਿਹੜਾ ਕਿ ਵਾਸੀ ਰਠੌੜਾ ਵਾਲਾ ਮੁਹੱਲਾ ਜਲਾਲਾਬਾਦ ਤੋਂ ਬਿਲੋਂਗ ਕਰਦੇ ਹੈ, ਔਰ ਇਹ ਜਿਹੜਾ ਅਰਜਨ ਕੁਮਾਰ ਪਿਛਲੇ ਕੁਛ ਸਮੇਂ ਤੋਂ ਬਰਨਾਲੇ ਵਿਖੇ ਟੈਂਪਰੇਰੀ ਤੌਰ 'ਤੇ ਰਹਿ ਰਿਹਾ ਸੀ ਅਤੇ ਇਹ ਜਿਹੜੇ ਆਪਣੇ ਫਾਜ਼ਿਲਕਾ ਵਿਖੇ ਹਬੋਰ ਜਲਾਲਾਬਾਦ ਦੇ ਵਿੱਚ ਆਉਂਦੇ ਸੀ ਅਤੇ ਕੰਨਾਂ ਦੇ ਵਿੱਚੋਂ ਵਾਲੀਆਂ ਖੋਹ ਕੇ ਫਰਾਰ ਹੋ ਜਾਂਦੇ ਸੀ। ਇਹਨਾਂ ਵੱਲੋਂ ਕੁੱਲ 5 ਵਾਰਦਾਤਾਂ ਨੂੰ ਜਿਹੜਾ ਅੰਜਾਮ ਦੇਣਾ ਮੰਨਿਆ ਗਿਆ ਹੈ, ਜਿਸ ਦੇ ਤਹਿਤ ਅਸੀਂ ਇਹਨਾਂ ਤੋਂ 3 ਅਲੱਗ ਅਲੱਗ ਮੁਕੱਦਮਿਆਂ ਦੇ ਅਲੱਗ ਅਲੱਗ ਵਾਰਦਾਤਾਂ ਦੀਆਂ ਖੋਹੀਆਂ ਹੋਈਆਂ ਵਾਲੀਆਂ ਨੂੰ, ਸੋਨੇ ਦੀ ਵਾਲੀਆਂ ਨੂੰ ਬਰਾਮਦ ਕੀਤਾ ਜਾ ਚੁੱਕਾ। ਅੱਜ ਇਹਨਾਂ ਨੂੰ ਮਾਨਯੋਗ ਕੋਰਟ ਵਿਖੇ ਪੇਸ਼ ਅਦਾਲਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਾਨੂੰ ਜਿਹੜਾ 1 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ, ਔਰ ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਜਿਹੜੇ ਖੁਲਾਸੇ ਹੋਣ ਦੀ ਸਾਨੂੰ ਉਮੀਦ ਹੈ। ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਸ਼ਹਿਰ ਦੇ ਵਿੱਚ ਅਸੀਂ ਜਿਹੜੀਆਂ ਚੋਰੀ ਜਾਂ ਸਨੈਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਸਨ, ਇਸ ਨੂੰ ਜਿਹੜਾ ਮਿਹਨਤ ਦੇ ਨਾਲ ਸ਼ਹਿਰ ਦੇ ਵਿੱਚ ਲਗਾਤਾਰ ਚੈਕਿੰਗ ਕਰਦੇ ਹੋਏ, ਗਸ਼ਤ ਕਰਦੇ ਹੋਏ, ਆਮ ਜਿਹੜੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਠੱਲ ਪਾਉਣ ਦੇ ਵਿੱਚ ਕਾਮਯਾਬ ਹੋਏ ਹਾਂ, ਔਰ ਮੈਨੂੰ ਮੇਰੀ ਪੂਰੀ ਉਮੀਦ ਹੈ ਕਿ ਮੇਰੀ ਜਿਹੜੀ ਟੀਮ ਥਾਣਾ ਸਿਟੀ ਪੁਲਿਸ ਔਰ ਫਾਜ਼ਿਲਕਾ ਦੀ ਪੁਲਿਸ ਇਹ ਰਲ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਆਮ ਲੋਕਾਂ ਨੂੰ ਇਸੇ ਤਰ੍ਹਾਂ ਹੀ ਸੁਰੱਖਿਅਤ ਕਰਦੇ ਰਵਾਂਗੇ। ਔਰ ਇੱਕ ਮੇਰੀ ਅਪੀਲ ਹੈ ਕਿ ਕਿਸੇ ਤਰ੍ਹਾਂ ਦੇ ਕਿਸੇ ਵੀ ਮੁਹੱਲੇ ਦੇ ਵਿੱਚ ਕੋਈ ਵੀ ਅਣਜਾਣ ਵਿਅਕਤੀ ਕੋਈ ਵਿਦਆਊਟ ਨੰਬਰ ਪਲੇਟ ਜਾਂ ਕਿਸੇ ਦੇ ਕੋਈ ਕਿਸੇ ਤਰ੍ਹਾਂ ਦੇ ਵੈਪਨ ਵਗੈਰਾ ਨਜ਼ਰ ਆਉਂਦੇ ਹਨ ਤਾਂ ਉਹ ਜ਼ਰੂਰ ਮੈਨੂੰ ਜਿਹੜੇ ਮੇਰੇ ਸਰਕਾਰੀ ਮੋਬਾਈਲ ਨੰਬਰ 85588-00814 ਔਰ 839 ਜਿਹੜਾ ਕਿ ਮੁਨਸ਼ੀ ਦਾ ਸਰਕਾਰੀ ਨੰਬਰ ਹੈ, ਇਸ 'ਤੇ ਇਤਲਾਹ ਦੇ ਸਕਦੇ ਹਨ। 112 'ਤੇ ਵੀ ਇਤਲਾਹ ਦਿੱਤੀ ਜਾ ਸਕਦੀ ਹੈ ਤਾਂ ਜੋ ਅਸੀਂ ਤੁਹਾਨੂੰ ਕੁਛ ਸਮੇਂ ਦੇ ਵਿੱਚ ਹੀ ਰਿਸਪੌਂਡ ਦਿੰਦੇ ਹੋਏ ਤੁਹਾਨੂੰ ਅਸੀਂ ਸੁਰੱਖਿਅਤ ਕਰ ਸਕੀਏ।
ਜਿਹੜੇ ਚੋਰ ਫੜੇ ਗਏ ਨੇ ਇਹ ਟ੍ਰੇਸ ਕਿੰਦਾ ਹੋਏ ਨੇ ਕਿ ਸੀਸੀ ਫੁਟੇਜ ਸੀ ਜਾਂ ਕੋਈ ਸੂਤਰਨ ਜਾਣਕਾਰੀ ਸਾਰੇ ਕਿਸ ਤਰ੍ਹਾਂ ਪਕੜੇ ਚਾਹੀਏ ਜੀ ਅਸੀਂ ਜਿਸ ਦਿਨ ਦੀ ਇਹ ਵਾਰਦਾਤ ਹੋਈ ਸੀ ਤੁਹਾਡੇ ਵਿੱਚੋਂ ਵੀ ਪ੍ਰੈਸ ਭਾਈਚਾਰਾ ਜਿਹੜਾ ਸਾਡੇ ਨਾਲ ਹੀ ਮੌਜੂਦ ਸੀ ਅਸੀਂ ਉਹਨਾਂ ਦੇ ਸੰਯੋਗ ਔਰ ਲਗਾਤਾਰ ਜਿਹੜਾ ਮਿਹਨਤ ਕਰਦੇ ਹੋਏ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਦੇਖਦੇ ਹੋਏ ਅੱਗੇ ਵਿਅਕਤੀਆਂ ਦੀ ਜਿਹੜੀ ਪਛਾਣ ਕਰਦੇ ਹੋਏ ਤੇ ਸਾਡੀ ਜਿਹੜੀ CIA ਫਾਜ਼ਿਲਕਾ ਦੀ ਪੁਲਿਸ ਨੇ ਇਹਨਾਂ ਨੂੰ ਜਿਹੜਾ ਧਰ ਪਕੜਨ ਦੇ ਵਿੱਚ ਬੜਾ ਹੀ ਜਿਹੜੀ ਅਹਿਮ ਜਿਹੜੀ ਰੋਲ ਨਿਭਾਇਆ ਹੈ ਤੇ ਇਸੇ ਤਰ੍ਹਾਂ ਹੀ ਜਿਹੜੇ ਗ੍ਰਿਫਤਾਰ ਕੀਤੇ ਗਏ ਹਨ ਜੀ ਬਿਲਕੁਲ ਦੋਸ਼ੀ ਗੁਰਵਿੰਦਰ ਸਿੰਘ ਤੇ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਜਿੱਥੇ ਕਿ ਦੋਸ਼ੀ ਅਰਜਨ ਕੁਮਾਰ ਤੇ ਕੋਈ ਮੋਬਾਈਲ ਸਨੈਚਿੰਗ ਦੀ ਵਾਰਦਾਤ ਦਾ ਪਹਿਲਾਂ ਵੀ ਇੱਕ ਇੱਕ ਮੁਕਦਮਾ ਦਰਜ ਹਨ ਇਹਨਾਂ ਨੇ ਫਾਜ਼ਿਲਕਾ ਦੇ ਵਿੱਚ ਕੁੱਲ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜੀ ਇਹ ਪੰਜੋ ਵਾਰਦਾਤਾਂ ਜਿਹੜੀਆਂ ਜ਼ਿਲ੍ਹਾ ਫਾਜ਼ਿਲਕਾ ਨੂੰ ਬਿਲੋਂਗ ਕਰਦੀਆਂ ਨੇ ਇਸ ਤੋਂ ਇਲਾਵਾ ਵੀ ਅਸੀਂ ਅੱਜ ਪੁਲਿਸ ਰਿਮਾਂਡ ਲਿਆ ਹੈ ਦੇਖਦੇ ਹਾਂ ਹੋਰ ਕਿੰਨੀਆਂ ਇਹਨਾਂ ਵੱਲੋਂ ਵਾਰਦਾਤਾਂ ਨੂੰ ਗਿਆ 10 ਦਿਨਾਂ ਦੇ ਵਿੱਚ ਦੋ ਤਿੰਨ ਸਨੈਚਿੰਗ ਹੋਈਆਂ ਸੀ ਫਾਜ਼ਿਲਕਾ ਦੇ ਵਿੱਚ ਉਹ ਇਹਨਾਂ ਵੱਲੋਂ ਕੀਤੀਆਂ ਗਈਆਂ ਜੀ ਬਿਲਕੁਲ ਮੇਰੇ ਤਨਾਤੀ ਦੇ ਦੌਰਾਨ ਲਗਭਗ ਸਾਰੀਆਂ ਹੀ ਚੋਰੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਟਰੇਸ ਕੀਤਾ ਜਾ ਚੁੱਕਿਆ ਤੇ ਹੁਣ ਸਾਡਾ ਧਿਆਨ ਅੱਗੇ ਆਉਣ ਵਾਲੇ ਟਾਈਮ ਜਿਹੜੀਆਂ ਕੋਈ ਇਹੋ ਜਿਹੀਆਂ ਵਾਰਦਾਤਾਂ ਨਾ ਹੋਣ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰੀਵੈਂਟ ਕਰਨਾ ਤੇ ਨਾਲ ਹੀ ਜਿਹੜੇ ਸਾਡੇ ਪੁਰਾਣੇ ਮੁਕਦਮੇ ਅਨਟਰੇਸ ਹਨ ਜਿੱਦਾਂ ਕੋਈ ਚੋਰੀ ਦੇ ਮੁਕਦਮੇ ਹਨ ਜਾਂ ਇੱਕ ਰਾਤ ਨੂੰ ਦੋ ਕਾਰਾਂ ਚੋਰੀ ਹੋਈਆਂ ਸਨ ਉਹਨਾਂ ਨੂੰ ਜਿਹੜਾ ਅਸੀਂ ਟਰੇਸ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਤਾਂ ਮੈਨੂੰ ਉਮੀਦ ਹੈ ਵੀ ਅਸੀਂ ਇਸੇ ਤਰ੍ਹਾਂ ਹੀ ਤੁਹਾਨੂੰ ਫਿਰ ਦੁਬਾਰਾ ਬੁਲਾਵਾਂਗੇ ਜਦੋਂ ਅਸੀਂ ਉਹ ਮੁਕਦਮੇ ਟਰੇਸ ਕਰ ਲਾਂਗੇ ਜੀ ਇਹਨਾਂ ਨੇ ਜਿਹੜਾ ਇਹ ਇਕੱਠੇ ਕਰਕੇ ਹੀ ਵੇਚਦੇ ਸੀ ਇਹ ਜਿਹੜੀਆਂ ਵਾਰਦਾਤਾਂ ਨੇ ਇਹ ਸਾਰੀਆਂ ਹੀ ਪਿਛਲੇ ਹਫ਼ਤਾ 10 ਦਿਨ ਦੇ ਵਾਰਦਾਤਾਂ ਨੇ ਇਹਨਾਂ ਨੇ ਇਕੱਠੀਆਂ ਕਰਕੇ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਅਰਜੁਨ ਕੁਮਾਰ ਜਿਹੜਾ ਇਹ ਬਰਨਾਲੇ ਸ਼ਿਫਟ ਕਰ ਜਾਂਦਾ ਸੀ ਵਾਰਦਾਤਾਂ ਕਰਨ ਤੋਂ ਬਾਅਦ ਫਿਰ ਅੱਗੇ ਜਿਹੜਾ ਇਹੋ ਜਿਹੇ ਸਮਾਨ ਨੂੰ ਜਿਹੜਾ ਡਿਸਪੋਜ਼ ਆਫ ਕਰਦੇ ਸਨ ਇਹਨਾਂ ਤੋਂ ਬਰਾਮਦ ਕੀ ਹੋਇਆ ਸਰ ਇਹਨਾਂ ਤੋਂ ਹਾਲ ਦੀ ਕੜੀ ਦੇ ਵਿੱਚ 5 ਵਾਲੀਆਂ ਜਿਹੜੇ ਸੋਨੇ ਦੀ ਵਾਲੀਆਂ ਬਰਾਮਦ ਹੋਈਆਂ ਨੇ ਜਿਨ੍ਹਾਂ ਵਿੱਚੋਂ ਸਾਡੀ ਇੱਕ ਮਲਕਾਣਾ ਮੁਹੱਲੇ ਦੇ ਵਿੱਚ ਹੋਈ ਵਾਰਦਾਤ ਟਰੇਸ ਹੋ ਚੁੱਕੀ ਹੈ ਰਾਧਾ ਸਵਾਮੀ ਕਲੋਨੀ ਦੇ ਵਿੱਚ ਜਿਹੜੀ ਇੱਕ ਵਾਲੀ ਲੈ ਗਏ ਸੀਗੇ ਉਹ ਟਰੇਸ ਹੋ ਚੁੱਕੀ ਹੈ ਇਸ ਤੋਂ ਇਲਾਵਾ ਇੱਕ ਹਬੋਰ ਦੇ ਵਿੱਚ ਜਿਹੜੀਆਂ ਇਹਨਾਂ ਨੇ ਵਾਲੀਆਂ ਸਨੈਚ ਕੀਤੀਆਂ ਸਨ ਉਹ ਵੀ ਜਿਹੜੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਸਰ ਧਾਰਾ ਕਿਹੜੀ ਕਿਹੜੀ ਲੱਗੀ ਇਹਨਾਂ ਨੂੰ ਜੀ ਇਹਨਾਂ ਦੇ ਖਿਲਾਫ ਜਿਹੜਾ ਮੁਕਦਮਾ ਨੰਬਰ 51/23 ਅਧੀਨ ਧਾਰਾ 379B 34 IPC ਦਰਜ ਰਜਿਸਟਰ ਕੀਤਾ ਗਿਆ ਹੈ ਸਰ ਨਸ਼ੇ ਦੇ ਆਦੀ ਸੀ ਜੀ ਇਹ ਜਿਹੜਾ ਨਸ਼ਾ ਕਰਦੇ ਸੀ ਤੇ ਵਿਹਲੜ ਕਿਸਮ ਦੇ ਕੋਈ ਵੀ ਜਿਹੜਾ ਕੰਮ ਘਰ ਨਹੀਂ ਕਰਦੇ ਸੀ ਤੇ ਇਹਨਾਂ ਦਾ ਜਿਹੜਾ ਕੰਮ ਇਹੀ ਸੀ ਲਗਾਤਾਰ ਜਿਹੜਾ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਕਿਸ ਤਰ੍ਹਾਂ ਦਾ ਨਸ਼ਾ ਕਰਦੇ ਜੀ ਇਹ ਚਿੱਟਾ ਔਰ ਗੋਲੀਆਂ ਕਰਨ ਦੇ ਆਦੀ ਹਨ ਸਰ ਸ਼ਹਿਰ ਦੇ ਵਿੱਚ ਅਕਸਰ ਦੇਖਿਆ ਜਾਂਦਾ ਰਾਤ ਨੂੰ ਲੋਕ 11-12 ਵਜੇ ਤੱਕ ਹੁੰਦੇ ਨੇ ਉਹਨਾਂ ਨੂੰ ਕੀ ਮੈਸੇਜ ਜੀ ਮੈਂ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਭੈਭੀਤ ਜਾਂ ਡਰ ਵਾਲਾ ਮਾਹੌਲ ਨਹੀਂ ਕ੍ਰੀਏਟ ਕਰਨਾ ਚਾਹੁੰਦਾ ਬਟ ਇਹ ਜ਼ਰੂਰ ਹੈ ਕਿ ਅਸੀਂ ਹਮੇਸ਼ਾ ਅਲਰਟ ਰਹੀਏ ਅਸੀਂ ਆਪਦੇ ਸਮਾਨ ਦੀ ਜ਼ਰੂਰ ਸੁਰੱਖਿਆ ਕਰਾਂਗੇ ਉਹ ਸਾਡੀ ਇੱਕ ਨਾਲ ਸਾਡੀ ਹੈਲਪ ਹੋਏਗੀ ਖਾਸ ਕਰਕੇ ਜਿਹੜੇ ਮੋਟਰਸਾਈਕਲ ਹਨ ਇਹਨਾਂ ਨੂੰ ਜੇ ਕਲਿੱਪ ਲੌਕ ਲਗਾਇਆ ਜਾਵੇ ਜਿਹੜਾ ਅੱਗੇ ਵਾਲੇ ਚੱਕੇ ਦੇ ਵਿੱਚ ਲੱਗਦਾ ਹੈ ਤਾਂ ਯਕੀਨਨ ਜਿਹੜੀਆਂ ਮੋਟਰਸਾਈਕਲ ਚੋਰੀ ਹੋਣ ਵਾਲੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕਦਾ ਹੈ ਪਲੱਸ ਅਸੀਂ ਜਦੋਂ ਸ਼ਹਿਰ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਚੱਲਦੇ ਹਾਂ ਅਸੀਂ ਬੇਧਿਆਨੇ ਹੋ ਕੇ ਮੋਬਾਈਲ ਵਗੈਰਾ ਨਾ ਸੁਣੀਏ ਜੇਕਰ ਅਸੀਂ ਅਲਰਟ ਰਹਾਂਗੇ ਤਾਂ ਯਕੀਨਨ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਕਰ ਪਾਵਾਂਗੇ ਉਮਰ ਦੀ ਗੱਲ ਕੀਤੀ ਜਾਵੇ ਕਿੰਨੀ ਉਮਰ ਇਹਨਾਂ ਦੋਸ਼ੀਆਂ ਜੀ ਦੋਸ਼ੀਆਂ ਦੀ ਇਹਨਾਂ ਦੀ ਉਮਰ ਜਿਹੜੀ 20-30 ਦੇ ਵਿੱਚ ਵਿਚਕਾਰ ਹੈ ਤੇ ਮੋਸਟਲੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੀ ਸਾਰਿਆਂ ਦੀ ਹੀ ਉਮਰ ਕਰੀਬ 18 ਤੋਂ ਲੈ ਕੇ ਜਿਹੜੇ 30-35 ਸਾਲ ਦੇ ਵਿੱਚ ਵਿੱਚ ਹੈ ਸਰ ਜੁਆਇਨਿੰਗ ਤੋਂ ਲੈ ਕੇ ਹੁਣ ਤੱਕ ਕਿੰਨੇ ਆਰੋਪੀ ਜਿਹੜੇ ਨੇ ਕਿੰਨੇ ਦੋਸ਼ੀ ਨੇ ਉਹਨਾਂ ਨੂੰ ਪਕੜਿਆ ਜਾ ਚੁੱਕਿਆ ਜੀ ਮੇਰੀ ਤਨਾਤੀ ਦੇ ਦੌਰਾਨ ਤਕਰੀਬਨ ਜਿਹੜੇ 20 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਿਹੜੇ ਕਿ ਅਲੱਗ ਅਲੱਗ ਏਰੀਏ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਚੋਰੀ ਔਰ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਨੂੰ ਅੰਜਾਮ ਦਿੰਦੇ ਸੀ ਚੋਰੀ ਦੇ ਮੋਟਰਸਾਈਕਲ ਸਰ ਹੁਣ ਤੱਕ ਕਿੰਨੇ ਪਕੜੇ ਜਾ ਚੁੱਕੇ ਜੀ 25 ਦੇ ਕਰੀਬ ਜਿਹੜੇ ਮੋਟਰਸਾਈਕਲ ਪਕੜੇ ਜਾ ਚੁੱਕੇ ਹਨ ਨਹੀਂ ਇਹਨਾਂ ਦੇ ਕੋਈ ਲੇਡੀ ਰਿਸ਼ਤੇਦਾਰ ਹੈ ਉਹਨਾਂ ਨੂੰ ਜਿਹੜਾ ਇਹ ਰੱਖ ਦਿੰਦੇ ਸੀਗੇ
उस तो बाद जो अगे बेचते खुद ही सी एक बार इकट्ठा करके रख लेंगे दैन अगे फिर इन्हों डिस्पोज ऑफ करते हैं। जी बिल्कुल कोई भी जो काम है उससे पिछे जो मेहनत और लगन का ही नतीजा होंगे तो साड़ी जी मेरी ही नहीं जी मेरी सीआईए की टीम है फाजिलका की सब इंस्पैक्टर अमरिंदर सिंह जी उन्होंने भी इस मुकदमे बहुत जी तनदेही के नाल मेहनत की थी इस जी सा सारे की मेहनत का ही नतीजा है। थैंक यू सर। मोबाइल मोड़न गया थाने कहिंदे मोबाइल दे जो मोबाइल देन गया बस उन्हां दे नाल अटैच करता बस ਨਾ ਸੁਣਨ ਚ ਆਇਆ ਸੀਗਾ ਵੀ ਲੁੱਟ ਖੋ ਕਰਦੇ ਸੀ ਮੋਬਾਈਲ ਦੇ ਤੁਸੀਂ ਨਹੀਂ ਨਹੀਂ ਲੁੱਟ ਖੋ ਨਹੀਂ ਕਿੰਨੇ ਮੈਂਬਰ ਹੈਗੇ ਜਿਹੜਾ ਚਲਾਉਣਾ ਜੀ ਗਿਰੋਹ ਦੇ ਕਿੰਨੇ ਮੈਂਬਰ ਜੀ ਜਿਹੜੇ ਤੁਸੀਂ ਚੋਰੀਆਂ ਕਰਦੇ ਜੀ ਕੋਈ ਨਹੀਂ ਜੀ ਇਹ ਕੰਮ ਹੀ ਨਹੀਂ ਕਰਦਾ ਇਹੋ ਜਿਹਾ ਕੋਈ ਫਾਈਲਕਾ ਕਿੰਨੀਆਂ ਚੋਰੀਆਂ ਕੀਤੀਆਂ ਨੇ ਆਏ ਨਹੀਂ ਮੈਂ ਆਈ ਫਾਈਲਕਾ ਦਾ ਚੋਰੀ ਦੇ ਵਿੱਚ ਤੂੰ ਸ਼ਾਮਿਲ ਨਹੀਂ ਸੀ ਇਹਦੇ ਨਾਲ ਉਸ ਰਾਤ ਤੂੰ ਆਇਆ ਜਦੋਂ ਨਾ ਚੋਰੀ ਕਰਨ ਦੇ ਨਾਲ ਕਿੰਨੇ ਗੜੇ ਪਰ ਲਾ ਗਿਆ ਇਹਦੇ ਨਾਲ ਆ ਕੇ ਤੂੰ ਉਹੀ ਤਿੰਨ ਚਾਰ ਪੰਜ ਗੜੇ ਮਾਰੇ ਇਹ ਪਲਾਨਿੰਗ ਕਿਵੇਂ ਕਰਦੇ ਸੀ ਤੁਸੀਂ ਜਦੋਂ ਚੋਰੀਆਂ ਦੀ ਪਲਾਨਿੰਗ ਸੀ ਸਾਰੀ ਕੀ ਕਿਵੇਂ ਕਰਦੇ ਸੀ ਇਹਦੇ ਪਲਾਨਿੰਗ ਸੀ ਕਿਵੇਂ ਕਰਦੇ ਸੀ ਇਹਨੇ ਹੀ ਕਿਹਾ ਮੈਨੂੰ ਮੈਂ ਜੇਲ੍ਹ ਆਇਆ ਮੈਨੂੰ ਕਹਿੰਦਾ ਤਰੀਕ ਤੇ ਆਇਆ ਸੀ ਮੈਂ ਜੇਲ੍ਹ ਕਿਸ ਮੁਕਦਮੇ 'ਚ ਗਿਆ ਸੀ ਇੱਕ ਮਿੰਟ ਭੈਣ ਜੀ ਦੀ ਗੱਲ ਕਰੋ ਦੱਸਤਾ ਦਿੱਤਾ ਜੀ ਦੱਸਤਾ ਦਿੱਤਾ ਉਸ ਦੋਨੇ ਹੀ ਗਏ ਸੀ ਪਹਿਲਾਂ ਫਰੂਟੇ ਪੈਸੇ ਦੇ ਕੇ ਆਇਆ ਤੂੰ ਉਹਨਾਂ ਨੂੰ ਦੇ ਕੇ ਫਰੂਟੇ ਪੈਸੇ ਹੋਰ ਕੀ ਵਾਲੀਆਂ ਖੋਣ ਤੋਂ ਬਾਅਦ ਕਿੱਥੇ ਗਏ ਸੀ ਕਿਤੇ ਨਹੀਂ ਬਸ ਨਹੀਂ ਹੋਰ ਕੀ ਤੁਸੀਂ ਚੋਰੀ ਕੀਤਾ ਕੁਛ ਨਹੀਂ ਕੀ ਨਸ਼ਾ ਕੀ ਕਰਦੇ ਹੋ ਚਿੱਟੇ ਦਾ ਜੀ ਹੈ ਕਿਹਦਾ ਚਿੱਟੇ ਦਾ ਜੀ ਕਿੰਨੇ ਦਿਨ ਉੱਚੀ ਬੋਲੋ ਕਿੰਨੇ ਸਮੇਂ ਤੋਂ ਕਰ ਰਹੇ ਹੋ ਨਸ਼ਾ ਇਹ 10 ਦਿਨ ਹੀ ਹੋਏ ਜੀ ਅੱਛਾ ਚਿੱਟਾ ਕਿੱਥੋਂ ਲੈਂਦਾ ਜੇ ਉਹ ਉੱਥੇ ਸੀਗਾ ਘਰ ਜੀ ਕਿੱਥੇ ਫੱਤੂ ਵਾਲੇ ਸੀ ਨਸ਼ਾ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ 6-7 ਸਾਲ ਤੇ ਚੋਰੀ ਉਹ ਤੋਂ ਹੀ ਕਰ ਰਹੇ ਹੋ ਨਹੀਂ ਚੋਰੀ ਨਹੀਂ ਪਹਿਲਾਂ ਫਿਰ ਕਿਵੇਂ ਨਸ਼ਾ ਕਰਦੇ ਸੀ ਪਹਿਲਾਂ ਮਸ਼ੀਨ ਚਲਾਉਂਦੇ ਸੀ ਅੱਛਾ ਹੁਣ ਕਿਉਂ ਨਹੀਂ ਚਲਾਉਂਦੇ ਕਿਉਂ ਨਹੀਂ ਮਿਹਨਤ ਮਜ਼ਦੂਰੀ ਕਰਦੇ ਆਦਤ ਪੈ ਗਈ ਕਿੰਨੇ ਦਿਨ ਹੈ ਤੁਹਾਡੇ ਨਾਲ ਹੋਰ ਨਹੀਂ ਕਿੰਨੇ ਜਣੇ ਦਾ ਗਰੋਹ ਤੁਹਾਡਾ ਨਹੀਂ